ਹੈਲੋ ਸਟੂਡੈਂਟਸ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ HiFi Exam Study ਤੇ ਮੇਰਾ ਨਾਮ ਸੁਨੀਤਾ ਗੁਪਤਾ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮਾਸਟਰ ਗ੍ਰੈਡਰ ਤੇ ਲੈਕਚਰਰ ਦੇ ਮਿਸ਼ਨ ਪੰਜਾਬੀ ਨੂੰ ਅੱਜ ਇਹ ਲੈਕਚਰ ਨੰਬਰ ਪਹਿਲਾ ਪੰਜਾਬੀ ਦਾ ਮੈਂ ਤੁਹਾਡੇ ਸਾਹਮਣੇ ਕੰਡਕਟ ਕਰਨ ਜਾ ਰਹੀ ਹਾਂ ਪਰ ਮੈਂ ਇਸ ਤੋਂ ਪਹਿਲਾਂ ਚਾਹੁੰਦੀ ਆ ਜੋ ਸਟੂਡੈਂਟ ਇਸ ਚੈਨਲ ਤੇ ਨਵੇਂ ਹਨ ਸਭ ਤੋਂ ਪਹਿਲਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਕਲਿੱਕ ਜ਼ਰੂਰ ਕਰਨ ਇਸ ਵੀਡੀਓ ਨੂੰ ਪਸੰਦ ਹੋਣ ਤੇ ਆਪਣੇ ਦੂਸਰੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮਾਸਟਰ ਗ੍ਰੇਡਰ ਤੇ ਲੈਕਚਰਰ ਦੇ ਪੇਪਰ ਦੀ ਸਾਰੀ ਇਨਫੋਰਮੇਸ਼ਨ ਅਸੀਂ ਦੇਵਾਂਗੇ ਮੇਰਾ ਲੈਕਚਰ ਨੰਬਰ ਪਹਿਲਾ ਪੰਜਾਬੀ ਸੱਭਿਆਚਾਰ ਤੇ ਚਲੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵੀਡੀਓ ਪ੍ਰਸ਼ਨ ਪਹਿਲਾ ਸੱਭਿਆਚਾਰ ਦਾ ਸਮਾਨਾਰਥਿਕ ਸ਼ਬਦ ਕਿਹੜਾ ਹੈ অপਸ਼ਨ ਪਹਿਲਾ ਸੱਭਿਆਚਾਰ ਦਾ ਸਮਾਨਾਰਥਿਕ ਸ਼ਬਦ ਸੰਸਕ੍ਰਿਤੀ ਹੈ ਪ੍ਰਸ਼ਨ ਦੂਸਰਾ ਸੱਭਿਆਚਾਰ ਮਨੁੱਖ ਦਾ ਹੀ ਬਨਾਇਆ ਹੋਇਆ ਹੈ ਅਤੇ ਇਹ ਉਹ ਮਾਧਿਅਮ ਹੈ ਜਿਸ ਰਾਹੀਂ ਮਨੁੱਖਾ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਕਰਦਾ ਹੈ ਇਹ ਸ਼ਬਦ ਕਿਸ ਦੇ ਹਨ ਆਪਸ਼ਨ ਦੂਜਾ ਮੈਲੀਨੋਵਸਕੀ ਦੇ ਅਨੁਸਾਰ ਸੱਭਿਆਚਾਰ ਮਨੁੱਖ ਦਾ ਹੀ ਬਨਾਇਆ ਹੋਇਆ ਹੈ ਅਤੇ ਇਹ ਉਹ ਮਾਧਿਅਮ ਹੈ ਜਿਸ ਰਾਹੀਂ ਮਨੁੱਖਾ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਕਰਦਾ ਹੈ ਪ੍ਰਸ਼ਨ ਨੰਬਰ ਤੀਸਰਾ ਸੱਭਿਆਚਾਰ ਪਰਿਆਵਰਣ ਦਾ ਮਨੁੱਖ ਦੁਆਰਾ ਸਿਰਜਿਆ ਭਾਗ ਹੈ यह कथन किसा है ऑप्शन तीजा हार्श काविटस के अनुसार सभ्याचार पर्यावरण का मानव द्वारा सिरजिया भाग है प्रश्न चौथा संस्कृति सोचन महसूस कर विश्वास की विधि है यह कथन किसा है ऑप्शन चौथा क्लाइड क्लोकहॉन के अनुसार संस्कृति सोचन महसूस कर विश्वास कर विधि है प्रश्न पंजा ਪੰਜਾਬੀ ਸੱਭਿਆਚਾਰ ਲੇਖ ਦੀ ਰਚਨਾ ਕਿਸ ਨੇ ਕੀਤੀ ਆਪਸ਼ਨ ਪਹਿਲਾ ਪੰਜਾਬੀ ਸੱਭਿਆਚਾਰ ਲੇਖ ਦੀ ਰਚਨਾ ਡਾਕਟਰ ਬਰਿੰਦਰ ਕੌਰ ਨੇ ਕੀਤੀ ਸੀ ਪ੍ਰਸ਼ਨ ਛੇਮਾ ਸੱਭਿਆਚਾਰ ਦੀ ਸਿਰਜਣਾ ਕਿਸ ਨੇ ਕੀਤੀ ਹੈ ਆਪਸ਼ਨ ਦੂਜਾ ਸੱਭਿਆਚਾਰ ਦੀ ਸਿਰਜਣਾ ਲੋਕ ਸਮੂਹ ਨੇ ਕੀਤੀ ਸੱਭਿਆਚਾਰ ਨੂੰ ਸਿਰਜਣ ਵਾਲਾ ਕੋਈ ਇੱਕ ਵਿਅਕਤੀ ਨਹੀਂ ਬਲਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਸੱਭਿਆਚਾਰ ਦੀ ਸਿਰਜਣਾ ਕਰਦੇ ਹਨ ਪ੍ਰਸ਼ਨ ਸਤਮਾ ਹੇਠ ਲਿਖਿਆ ਵਿੱਚੋਂ ਕਿਹੜਾ ਵੇਦ ਭਾਰਤੀ ਸੱਭਿਆਚਾਰ ਦਾ ਮੁੱਖ ਸੋਮਾ ਹੈ অপਸ਼ਨ ਤੀਜਾ ਰਿਗਵੇਦ ਹੀ ਅਜਿਹਾ ਵੇਦ ਹੈ ਜੋ ਭਾਰਤੀ ਸੱਭਿਆਚਾਰ ਦਾ ਮੁੱਖ ਸੋਮਾ ਹੈ ਕਿਉਂਕਿ ਇਸ ਵਿੱਚ ਭਾਰਤ ਦੇ ਲੋਕਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਾਰੇ ਸੰਸਕਾਰ ਸ਼ਾਮਿਲ ਹਨ ਪ੍ਰਸ਼ਨ 8 ਮਾ ਸੱਭਿਆਚਾਰ ਮਨੁੱਖ ਦੀ ਕਿਹੜੀ ਵਿਰਾਸਤ ਹੈ অপਸ਼ਨ ਚੌਥਾ ਸੱਭਿਆਚਾਰ ਮਨੁੱਖ ਦੀ ਸਮਾਜਿਕ ਵਿਰਾਸਤ ਹੈ ਪ੍ਰਸ਼ਨ 9 ਮਾ ਸੱਭਿਆਚਾਰ ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ অপਸ਼ਨ ਪਹਿਲਾ ਸੱਭਿਆਚਾਰ ਸਾਨੂੰ ਵਿਰਸੇ ਵਿੱਚ ਪ੍ਰਾਪਤ ਹੁੰਦਾ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਆਪਾਂ ਆਪਣੇ ਮਾਤਾ ਪਿਤਾ ਤੋਂ ਸੱਭਿਆਚਾਰ ਗ੍ਰਹਿਣ ਕੀਤਾ ਉਸੇ ਤਰ੍ਹਾਂ ਆਪਾਂ ਆਪਣੇ ਬੱਚਾ ਨੂੰ ਇਹ ਅੱਗੇ ਦੇ ਦਿੰਦੇ ਹਾਂ ਪ੍ਰਸ਼ਨ 10 ਸੱਭਿਆਚਾਰ ਦਾ ਸੁਭਾਅ ਕਿਹੋ ਜਿਹਾ ਹੈ অপਸ਼ਨ ਦੂਸਰਾ ਸਭਿਆਚਾਰ ਦਾ ਸਬਾਹ ਪਰਿਵਰਤਨਸ਼ੀਲ ਹੈ ਸਭਿਆਚਾਰ ਵਿੱਚ ਇਕਦਮ ਪਰਿਵਰਤਨ ਨਹੀਂ ਹੁੰਦਾ ਬਲਕਿ ਸਮੇ ਸਮੇਂ ਤੇ ਹੌਲੀ ਹੌਲੀ ਕਰਕੇ ਸਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਸੋ ਸਭਿਆਚਾਰ ਦਾ ਸੁਭਾਅ ਪਰਿਵਰਤਨਸ਼ੀਲ ਹੈ ਪ੍ਰਸ਼ਨ 11ਵਾਂ ਸਭਿਆਚਾਰ ਦਾ ਸਰੂਪ ਕਿਹੋ ਜਿਹਾ ਹੈ ਆਪਸ਼ਨ ਤੀਸਰਾ ਸਭਿਆਚਾਰ ਦਾ ਸਰੂਪ ਸਰਬ ਵਿਆਪੀ ਹੈ ਪ੍ਰਸ਼ਨ 12ਵਾਂ ਸਭਿਆਚਾਰ ਦੇ ਮੁੱਖ ਅੰਗ ਕਿੰਨੇ ਹਨ ਆਪਸ਼ਨ ਤੀਸਰਾ ਸੱਭਿਆਚਾਰ ਦੇ ਮੁੱਖ ਅੰਗ ਤਿੰਨ ਹਨ ਪ੍ਰਸ਼ਨ ਧੇਰਮਾ ਸੱਭਿਆਚਾਰ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ ਆਪਸ਼ਨ ਚੌਥਾ ਸੱਭਿਆਚਾਰ ਦੇ ਮੁੱਖ ਤਿੰਨ ਅੰਗ ਹਨ ਪਹਿਲਾ ਪਦਾਰਥਕ ਦੂਸਰਾ ਪ੍ਰਤੀਮਾਨਿਕ ਤੀਸਰਾ ਬੋਧਾਤਮਿਕ ਉਹ ਚੀਜ਼ਾਂ ਜਿਨ੍ਹਾਂ ਦੀ ਰਚਨਾ ਮਨੁੱਖ ਦੁਆਰਾ ਕੀਤੀ ਜਾਂਦੀ ਹੈ ਉਹ ਕਿਸ ਤਰ੍ਹਾਂ ਦੀ ਸੱਭਿਆਚਾਰ ਵਿੱਚ ਆਉਂਦੀਆਂ ਹਨ ਆਪਸ਼ਨ ਤੀਸਰਾ ਉਹ ਚੀਜ਼ਾਂ ਜਿਸ ਦੀ ਰਚਨਾ ਮਨੁੱਖ ਦੁਆਰਾ ਕੀਤੀ ਜਾਂਦੀ ਹੈ ਉਹ ਪਦਾਰਥਕ ਸੱਭਿਆਚਾਰ ਵਿੱਚ ਆਉਂਦੇ ਹਨ ਪਦਾਰਥਕ ਸੱਭਿਆਚਾਰ ਦਾ ਮੁੱਖ ਆਧਾਰ ਕੀ ਹੈ অপਸ਼ਨ ਦੂਸਰਾ ਪਦਾਰਥਕ ਸੱਭਿਆਚਾਰ ਦੇ ਆਧਾਰ ਗਹਿਨੇ ਕੰਮਤੰਦਾ ਪਹਿਰਾਵਾ ਅਤੇ ਰਿਹਾਈਸ਼ ਚਾਰੋਂ ਹੀ ਹਨ ਪਰ ਪਦਾਰਥਕ ਸੱਭਿਆਚਾਰ ਦਾ ਮੁੱਖ ਆਧਾਰ ਕੰਮਤੰਦਾ ਹੈ ਪ੍ਰਸ਼ਨ 6 ਮ ਕੰਮਤੰਦਾ ਮਨੁੱਖ ਦੀ ਸੱਭਿਆਚਾਰ ਨੂੰ ਕੀ ਬਣਾਉਂਦਾ ਹੈ অপਸ਼ਨ ਪਹਿਲਾ ਕੰਮਦੰਦਾ ਮਨੁੱਖ ਦੀ ਸੱਭਿਆਚਾਰ ਨੂੰ ਖੁਸ਼ਹਾਲ ਬਣਾਉਂਦਾ ਹੈ। ਪ੍ਰਸ਼ਨ 4 ਮਨੁੱਖ ਦੀਆਂ ਮੁਢਲੀਆਂ ਜ਼ਰੂਰਤਾਂ ਕੀ ਹਨ? ਆਪਸ਼ਨ ਚੌਥਾ ਮਨੁੱਖ ਦੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ ਅਤੇ ਮਕਾਨ ਹਨ। ਪ੍ਰਸ਼ਨ 8 ਮਾ ਸੱਭਿਆਚਾਰ ਲਈ ਕਲਚਰ ਸ਼ਬਦਾ ਵਰਜਕ ਕਿਸ ਵਿੱਚ ਕੀਤਾ ਗਿਆ ਹੈ? ਆਪਸ਼ਨ ਚੌਥਾ ਸੱਭਿਆਚਾਰ ਲਈ ਕਲਚਰ ਸ਼ਬਦਾ ਵਰਜਕ ਅੰਗਰੇਜ਼ੀ, ਫ੍ਰੈਂਚ ਅਤੇ ਜਰਮਨ ਤਿੰਨੋਂ ਭਾਸ਼ਾਾਂ ਵਿੱਚ ਕੀਤਾ ਗਿਆ ਹੈ। ਪ੍ਰਸ਼ਨ 19ਵਾਂ ਕਲਚਰ ਸ਼ਬਦ ਦੀ ਉਤਪਤੀ ਕਿਸ ਸ਼ਬਦ ਤੋਂ ਹੋਈ ਹੈ ਆਪਸ਼ਨ ਤੀਜਾ ਕਲਚਰ ਸ਼ਬਦ ਦੀ ਉਤਪਤੀ ਕੋਲਰੀ ਸ਼ਬਦ ਤੋਂ ਹੋਈ ਹੈ ਪ੍ਰਸ਼ਨ 20ਵਾਂ ਕੋਲਰੀ ਕਿਸ ਭਾਸ਼ਾ ਦਾ ਸ਼ਬਦ ਹੈ ਆਪਸ਼ਨ ਦੂਸਰਾ ਕੋਲਰੀ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਪ੍ਰਸ਼ਨ 21ਵਾਂ ਸੱਭਿਆਚਾਰ ਦਾ ਸੰਚਾਰ ਕਿਸ ਦੁਆਰਾ ਹੁੰਦਾ ਹੈ অপশন 3 ਸੱਭਿਆਚਾਰ ਦਾ ਸੰਚਾਰ ਪਾਸ਼ਾ ਰਾਹੀ ਅਤੇ ਕਿਤਾਬਾਂ ਦੋਨਾਂ ਹੀ ਰਾਹੀ ਹੁੰਦਾ ਹੈ। ਪ੍ਰਸ਼ਨ 22 ਮਾ ਇੱਕ ਦੇਸ਼ ਦੀ ਸੱਭਿਆਚਾਰ ਤੋਂ ਉਸ ਦੇਸ਼ ਦੀ ਕਿਸ ਚੀਜ਼ ਦਾ ਪਤਾ ਚੱਲਦਾ ਹੈ? অপਸ਼ਨ 3 ਜੇਕਰ ਕਿਸੇ ਦੇਸ਼ ਦੀ ਉਨਤੀ ਜਾਂ ਪ੍ਰਗਤੀ ਬਾਰੇ ਅੰਦਾਜ਼ਾ ਲਗਾਉਣਾ ਹੈ ਤਾਂ ਉਸ ਦੇਸ਼ ਦੀ ਸੱਭਿਆਚਾਰ ਨੂੰ ਦਾ ਪਤਾ ਲਗਾਉਣਾ ਜ਼ਰੂਰੀ ਹੈ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇੱਕ ਦੇਸ਼ ਕਿੰਨਾ ਉन्नत ਅਤੇ ਕਿੰਨਾ ਪ੍ਰਗਤੀ ਕਰ ਰਿਹਾ ਹੈ। ਪ੍ਰਸ਼ਨ ਨੰਬਰ 23 ਜਿਹੜਾ ਮਨੁੱਖੀ ਵਿਵਹਾਰ ਲਈ ਪ੍ਰਤੀਮਾਨ ਜਾਂ ਨਿਯਮ ਸਥਾਪਿਤ ਕਰਦਾ ਹੈ ਅਤੇ ਇਸ ਤਰ੍ਹਾਂ ਮਨੁੱਖੀ ਵਿਵਹਾਰ ਨੂੰ ਨਿਯਮਤ ਕਰਦਾ ਹੈ ਅਤੇ ਅਗਵਾਹੀ ਦਿੰਦਾ ਹੈ ਇਹ ਸੱਭਿਆਚਾਰ ਦਾ ਕਿਹੜਾ ਅੰਗ ਹੈ অপਸ਼ਨ ਪਹਿਲਾ ਜਿਹੜਾ ਮਨੁੱਖੀ ਵਿਵਹਾਰ ਲਈ ਪ੍ਰਤੀਮਾਨ ਜਾਂ ਨਿਯਮ ਸਥਾਪਿਤ ਕਰਦਾ ਹੈ ਅਤੇ ਇਸ ਤਰ੍ਹਾਂ ਮਨੁੱਖੀ ਵਿਵਹਾਰ ਨੂੰ ਨਿਯਮਤ ਕਰਦਾ ਹੈ ਅਤੇ ਅਗਵਾਹੀ ਦਿੰਦਾ ਹੈ ਇਹ ਸੱਭਿਆਚਾਰ ਪ੍ਰਤੀਮਾਨਿਕ ਸੱਭਿਆਚਾਰ ਹੈ ਪ੍ਰਸ਼ਨ ਨੰਬਰ 24 ਪ੍ਰਤੀਮਾਨ ਤੋਂ ਕੀ ਭਾਵ ਹੈ ऑप्शन दूजा प्रतिमान तो भाव पैटर्न नियम है प्रश्न पच्चीमा प्रतिमानिक किनिया किस्म का होंद है ऑप्शन पहला प्रतिमानिक दो किस्म का होंगे है हाँ जी ਐਸਰ ਦੀ ਪੰਜਾਬੀ ਲੈਕਚਰਰ ਦੇ ਮਾਸਟਰ ਕੈਡਰ ਦੇ ਪੇਪਰ ਲਈ ਪਹਿਲੀ ਡੈਮੋ ਕਲਾਸ ਸੀ ਜੇਕਰ ਤੁਸੀਂ ਸਾਡੇ ਤੋਂ ਕੋਚਿੰਗ ਲੈਣਾ ਚਾਹੁੰਦੇ ਹੋ ਅਤੇ ਸਾਡੇ ਪੇਡ WhatsApp ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ ਕਰੋ ਅਤੇ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ HiFi Exam Study Channel ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ